ਦੋਸਤੋ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਬਹੁਤ ਕਮਾਲ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ। ਕੁਝ ਫਿਲਮਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਭ ਫਿਲਮਾਂ ਤੋਂ ਹਟ ਕੇ ਹੁੰਦੀਆਂ ਨੇ, ਕੁਝ ਵੱਖਰਾ ਉਹਨਾਂ ਫਿਲਮਾਂ ਦੇ ਵਿੱਚ ਹੁੰਦਾ। ਤੇ ਜਦੋਂ ਇਦਾਂ ਦੀਆਂ ਫਿਲਮਾਂ ਅਸੀਂ ਸੁਣਦੇ ਹਾਂ, ਵੇਖਦੇ ਹਾਂ ਤਾਂ ਸਾਨੂੰ ਚਾਹ ਤੇ ਉਤਸ਼ਾਹ ਹਮੇਸ਼ਾ ਹੀ ਬਣਿਆ ਰਹਿੰਦਾ ਇਹਨਾਂ ਫਿਲਮਾਂ ਦੇ ਪ੍ਰਤੀ। ਤੋਂ ਪੰਜਾਬੀ ਟੇਸ਼ਨ ਦੇ ਤੁਹਾਨੂੰ ਅੱਜ ਇੱਕ ਅਜਿਹੀ ਫਿਲਮ ਦਾ ਤੁਹਾਡੇ ਨਾਲ ਜ਼ਿਕਰ ਕਰਾਂਗੇ ਜੋ ਕਿ ਸਭ ਫਿਲਮਾਂ ਤੋਂ ਹਟ ਕੇ ਹੋਏਗੀ, ਕਮਾਲ ਦੀ ਕਹਾਣੀ ਹੋਏਗੀ, ਕਮਾਲ ਦੀ ਸਟਾਰਕਾਸਟ ਹੋਏਗੀ। ਬਹੁਤ ਚੰਗੇ ਸਬਜੈਕਟ ਨੂੰ ਲੈ ਕੇ ਇਸ ਕਹਾਣੀ ਨੂੰ ਦਰਸਾਇਆ ਗਿਆ ਹੈ ਅਤੇ ਕਹਾਣੀ ਦਾ ਮੇਲ ਜੋਲ ਆ ਜਿਹੜਾ ਉਹ ਸਾਡੇ ਯੋਧਿਆਂ ਦੇ ਆਧਾਰਿਤ 'ਤੇ ਹੋਏਗਾ। ਕਹਿੰਦੇ ਉਹਨਾਂ ਦੀ ਕਹਾਣੀ ਹੈ ਇੱਕ ਵੱਖਰੀ ਕਹਾਣੀ ਹੈਗੀ, ਜਿਸ ਫਿਲਮ ਦੇ ਜ਼ਰੀਏ ਸਾਡੇ ਯੋਧਿਆਂ ਦੀਆਂ ਕਹਾਣੀਆਂ ਉਹਨਾਂ ਦੀ ਦਾਸਤਾਂ ਦਾ ਜ਼ਿਕਰ ਕੀਤਾ ਜਾਏਗਾ। ਇੱਕ ਵੱਖਰੀ ਕਹਾਣੀ ਹੈ ਜੋ ਹਵਾਵਾਂ ਸੰਗ ਨਹੀਂ ਚੱਲੇ ਉਹਨਾਂ ਯੋਧਿਆਂ ਦੀ ਕਹਾਣੀ, ਜਿਹੜੇ ਹਵਾਵਾਂ ਦੇ ਸੰਗ ਨਹੀਂ ਚੱਲੇ, ਜਿਨ੍ਹਾਂ ਨੇ ਰਾਹ ਆਪਣੇ ਬਣਾਏ ਨੇ ਉਹਨਾਂ ਯੋਧਿਆਂ ਦੀ ਕਹਾਣੀ, ਜਿਹੜੇ ਜੰਗਾਂ ਲੜੀਆਂ ਜਿਨ੍ਹਾਂ ਨੇ ਜਿੱਤੀਆਂ ਉਹਨਾਂ ਯੋਧਿਆਂ ਦੀ ਕਹਾਣੀ ਹੈ ਜੀ। ਅਤੇ ਫਿਲਮ ਦਾ ਨਾਮ ਹੈ ਜੀ ਫਿਰਦੌਸ। ਬਹੁਤ ਕਮਾਲ ਦੀ ਫਿਲਮ ਆ, ਬਹੁਤ ਕਮਾਲ ਦਾ ਟਾਈਟਲ ਆ। ਜਦੋਂ ਫਿਲਮ ਦਾ ਟਾਈਟਲ ਬਹੁਤ ਕਮਾਲ ਦਾ ਹੁੰਦਾ ਤਾਂ ਸੁਭਾਵਿਕ ਹੁੰਦਾ ਕਿ ਫਿਲਮ ਦੀ ਕਹਾਣੀ ਬਹੁਤ ਕਮਾਲ ਦੀ ਹੋਏਗੀ। ਸੋ ਦੋਸਤੋ ਦੱਸ ਦਿੰਦੇ ਹਾਂ ਕਿ ਇਸ ਫਿਲਮ ਦੇ ਨਾਲ ਜੁੜੇ ਕੁਝ ਅਜਿਹੇ ਚਿਹਰੇ ਤੁਹਾਡੇ ਨਾਲ ਜ਼ਿਕਰ ਕਰਾਂਗੇ ਕਿ ਕਿਹੜੇ ਕਿਹੜੇ ਚਿਹਰੇ ਇਸ ਫਿਲਮ ਦੇ ਨਾਲ ਜੁੜੇ ਨੇ। ਸੋ ਦੋਸਤੋ ਸਭ ਤੋਂ ਪਹਿਲਾਂ ਦੱਸ ਦੇਣਾ ਕਿ ਇਸ ਫਿਲਮ ਨੂੰ ਡ੍ਰੀਮ ਪਿਕਚਰ ਇੰਟਰਟੇਨਮੈਂਟ ਦੇ ਵੱਲੋਂ ਪ੍ਰਜੈਂਟ ਕੀਤਾ ਜਾਣਾ। ਸੋ ਦੋਸਤੋ ਇਹ ਉਹੀ ਟੀਮ ਆ ਜਿਨ੍ਹਾਂ ਨੇ ਮੇਰਾ ਬਾਬਾ ਨਾਨਕ ਵਰਗੀ ਫਿਲਮ ਬਣਾਈ। ਬਹੁਤ ਕਮਾਲ ਦਾ ਸਬਜੈਕਟ ਸੀਗਾ, ਜਿਸ ਸਬਜੈਕਟ ਦੇ ਵਿੱਚ ਜਾਣ ਸੀਗੀ ਅਤੇ ਜੋ ਸਭ ਫਿਲਮਾਂ ਤੋਂ ਹਟ ਕੇ ਫਿਲਮ ਸੀ ਉਹ ਫਿਲਮ ਇਹਨਾਂ ਨੇ ਬਣਾਈ। ਸੋ ਉਸੇ ਟੀਮ ਨੂੰ ਫਿਰ ਰਿਪੀਟ ਕੀਤਾ ਗਿਆ ਗਾ ਫਿਲਮ ਫਿਰਦੌਸ ਦੇ ਜ਼ਰੀਏ। ਬਹੁਤ ਕਮਾਲ ਦੀ ਕਹਾਣੀ ਆ। ਅਤੇ ਫਿਲਮ ਦੇ ਰਾਈਟਰ ਅਤੇ ਡਾਇਰੈਕਟਰ ਨੇ ਜੀ ਅਮਨਮੀਤ ਸਿੰਘ। ਅਮਨਮੀਤ ਸਿੰਘ ਜਿਨ੍ਹਾਂ ਨੇ ਮੇਰੇ ਬਾਬਾ ਨਾਨਕ ਫਿਲਮ ਦੇ ਵਿੱਚ ਮੁੱਖ ਲੀਡ ਕਿਰਦਾਰ ਨਿਭਾਇਆ ਸੀਗਾ, ਉਸ ਫਿਲਮ ਦੇ ਰਾਈਟਰ ਅਤੇ ਡਾਇਰੈਕਟਰ ਅਮਨਮੀਤ ਸਿੰਘ ਸੀਗੇ। ਤਾਂ ਬਹੁਤ ਕਮਾਲ ਦੀ ਪਕੜ ਆ ਉਹਨਾਂ ਦੀ, ਐਕਟਿੰਗ 'ਤੇ ਲਾ ਲਈਏ, ਡਾਇਰੈਕਸ਼ਨ 'ਤੇ ਲਾ ਲਈਏ, ਉਹਨਾਂ ਦੀ ਲਿਖਣੀ 'ਤੇ ਲਾ ਲਈਏ, ਤਾਂ ਇੱਕ ਚੰਗੇ ਸਿਨੇਮੇ ਦੀ ਸਮਝ ਰੱਖਦੇ ਆ ਉਹ। ਸੋ ਦੋਸਤੋ ਇਸ ਫਿਲਮ ਦੇ ਵਿੱਚ ਮੁੱਖ ਲੀਡ ਕਿਰਦਾਰ ਵੀ ਨਿਭਾਉਂਦੇ ਨਜ਼ਰ ਆਉਣਗੇ ਸਾਨੂੰ। ਤਾਂ ਉਹਨਾਂ ਤੋਂ ਇਲਾਵਾ ਕਈ ਨਾਮੀ ਚਿਹਰੇ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣਗੇ, ਜਿਵੇਂ ਅਮਨਮੀਤ ਸਿੰਘ ਸਹੋਤਾ ਜੀ, ਵਿਕਰਮਜੀਤ ਵਿਰਕ ਜੀ, ਹਰਮਨਦੀਪ ਸਹੋਤਾ, ਨਿਮਰਤ ਪ੍ਰਤਾਪ। ਸੋ ਬਹੁਤ ਕਮਾਲ ਦੇ ਚਿਹਰੇ ਇਸ ਫਿਲਮ ਦੇ ਵਿੱਚ ਸਾਨੂੰ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਦੋਸਤੋ ਬਹੁਤ ਜਲਦ ਇਸ ਫਿਲਮ ਦਾ ਸ਼ੂਟ ਆ ਜਿਹੜਾ ਉਹ ਸਟਾਰਟ ਕਰ ਦਿੱਤਾ ਜਾਣਾ ਅਤੇ ਬਹੁਤ ਜਲਦ ਇਹ ਫਿਲਮ ਸਾਡੇ ਸਿਨੇਮੇ ਘਰਾਂ ਦਾ ਸ਼ਿੰਗਾਰ ਆ ਜਿਹੜੀ ਉਹ ਬਣਦੀ ਹੋਈ ਨਜ਼ਰ ਆਏਗੀ। ਸੋ ਦੋਸਤੋ ਅਜਿਹੀਆਂ ਹੋਰ ਜਾਣਕਾਰੀਆਂ ਦੇ ਲਈ ਚੈਨਲ ਦੇ ਨਾਲ ਜੁੜੇ ਰਹੋ ਅਤੇ ਪੰਜਾਬੀ ਟੇਸ਼ਨ ਨੂੰ ਹਮੇਸ਼ਾ ਹੀ ਮਾਣ ਦਿੰਦੇ ਰਹੋ।